ਪਿੱਠੇ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਮੈਂ ਉੱਥੇ ਬਿਲਕੁਲ ਸਾਹਮਣੇ ਮੌਜੂਦ ਹਾਂ ਤੇ ਉਹ ਦਫ਼ਤਰ ਦੇ ਅੱਗੇ ਪੁਲਿਸ ਬਲ ਤੈਨਾਤ ਕੀਤਾ ਗਿਆ। ਪੂਰਾ ਜਿਹੜਾ ਇਲਾਕਾ ਹੈ ਉਹਨੂੰ ਸੀਲ ਕਰ ਦਿੱਤਾ ਗਿਆ। ਸਿਰਫ ਜਿਹੜੇ ਪੁਲਿਸ ਦੀਆਂ ਗੱਡੀਆਂ ਨੇ ਜਾਂ ਜਿਹੜੇ ਹੋਰ ਕਿਸੇ ਸ਼ਨਾਖਤੀ ਕਾਰਡ ਵਾਲੇ ਬੰਦੇ ਨੇ ਪੁਲਿਸ ਵਿਭਾਗ ਨਾਲ ਜੁੜੇ ਨੇ ਜਾਂ ਮੀਡੀਆ ਕਰਮੀ ਨੇ ਉਹਨਾਂ ਨੂੰ ਹੀ ਇੱਕ ਖਾਸ ਦਾਇਰੇ ਤੱਕ ਜਾਣ ਦੀ ਇਜਾਜ਼ਤ ਹੈ, ਉਸ ਤੋਂ ਬਾਅਦ ਨਹੀਂ ਜਾਣ ਦਿੱਤਾ ਜਾ ਰਿਹਾ। ਕੁਤਵਾਲੀ ਪੁਲਿਸ ਦੇ ਵੱਲੋਂ ਫੋਰਸ ਲਗਾਈ ਗਈ ਹੈ ਤੇ ਜਿੰਨੇ ਇਸ ਜਗ੍ਹਾ ਨੂੰ ਰਸਤੇ ਆਉਣ ਵਾਲੇ ਨੇ ਸਾਰੇ ਰਸਤੇ ਬੰਦ ਕੀਤੇ ਗਏ ਨੇ, ਸੀਲ ਕੀਤੇ ਗਏ ਨੇ। ਸੋ ਤੁਸੀਂ ਦੇਖੋ ਕਿ ਜਿਹੜੀ ਪੁੱਛਗਿੱਛ ਹੈ ਉਹ ਹਜੇ ਕਈ ਘੰਟੇ, ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ, ਕਈ ਘੰਟੇ ਤੱਕ ਹੋਣੀ ਹੈ। ਪਰ ਇਸ ਪੂਰੇ ਇਲਾਕੇ ਨੂੰ ਫਿਲਹਾਲ ਪਟਿਆਲਾ ਪੁਲਿਸ ਦੇ ਵੱਲੋਂ ਸੀਲ ਕੀਤਾ ਗਿਆ। ਸਵਾਲ ਕਈ ਨੇ, ਜਵਾਬ ਵਿਕਰਮ ਸਿੰਘ ਮਜੀਠੀਆ ਦੇਣਗੇ ਜਾਂ ਉਸ ਤੋਂ ਬਾਅਦ ਕੀ ਕਾਰਵਾਈ ਹੁੰਦੀ ਹੈ ਗੁਰਜੋਤ, ਇਹ ਸਾਹਮਣੇ ਆਉਣ ਵਾਲੀ ਗੱਲ ਹੈ। ਪਰ ਫਿਲਹਾਲ ਜਿਹੜੀ ਜਾਣਕਾਰੀ ਮਿਲੀ ਹੋਈ ਹੈ ਕਿ ਵਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਸ਼ੁਰੂ ਹੋ ਚੁੱਕੀ ਹੈ, ਸਵਾਲ ਜਵਾਬ ਹੋ ਰਹੇ ਨੇ। ਜਿਹੜੇ ਸਵਾਲ ਰਹਿ ਗਏ ਸੀ ਜਾਂ ਦੁਬਾਰਾ ਉਹਨਾਂ ਨੂੰ ਬੁਲਾਇਆ ਗਿਆ ਕਾਨੂੰਨੀ ਰਾਏ ਲੈਣ ਤੋਂ ਬਾਅਦ ਸਿੱਟ ਵੱਲੋਂ, ਉਹ ਜਾਂਚ ਜਾਰੀ ਹੈ। ਪਰ ਦੂਜੇ ਪਾਸੇ ਜਦੋਂ ਵਿਕਰਮ ਸਿੰਘ ਮਜੀਠੀਆ ਇੱਥੇ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੇ ਬਿਆਨ ਪਹਿਲਾਂ ਹੀ ਦਰਜ ਕਰਾ ਚੁੱਕਿਆ ਸੀਗਾ, ਪਰ ਫਿਰ ਵੀ ਮੈਨੂੰ ਨੋਟਿਸ ਭੇਜਿਆ ਗਿਆ, ਮੈਂ ਨਹੀਂ ਆਉਣ ਦੀ ਗੱਲ ਕਹੀ ਸੀ। ਪਰ ਜਦੋਂ ਮੈਨੂੰ ਬਾਰ ਬਾਰ ਬੁਲਾਇਆ ਗਿਆ ਤਾਂ ਮੈਂ ਇੱਥੇ ਆਇਆ ਅਤੇ ਜਿਹੜੀ ਜਾਂਚ ਹੋਣੀ ਉਹਦੇ ਵਿੱਚ ਮੈਂ ਸ਼ਾਮਿਲ ਹਾਂ, ਅਤੇ ਜੇਕਰ ਮੈਨੂੰ ਬਦਲਾ ਲਊ ਭਾਵਨਾ ਦੇ ਨਾਲ ਗ੍ਰਿਫਤਾਰ ਕੀਤਾ ਜਾਂਦਾ ਤਾਂ ਮੈਨੂੰ ਉਸ ਗ੍ਰਿਫਤਾਰੀ ਤੋਂ ਕੋਈ ਡਰ ਨਹੀਂ ਹੈ। ਨਾਲ ਹੀ ਉਹਨਾਂ ਨੇ ਜਿਹੜੇ ADGP ਨੇ ਮੁਖਵਿੰਦਰ ਸਿੰਘ ਛੀਨਾ, ਉਹਨਾਂ ਬਾਰੇ ਵੀ ਇਹੀ ਗੱਲ ਕਹੀ ਹੈ ਕਿ ਛੀਨਾ ਰਿਟਾਇਰ ਹੋ ਰਹੇ ਨੇ, ਕੱਲ੍ਹ ਨੂੰ ਉਹਦਾ ਪੱਤਰ ਲੈ ਕੇ ਆਏ ਨੇ ਉਹ ਸੇਵਾ ਮੁਕਤੀ ਦਾ। ਪਰ ਉਹਨਾਂ ਨੇ ਕਿਹਾ ਕਿ ਫਿਰ ਵੀ ਜੇਕਰ ਮੈਨੂੰ ਛੀਨਾ ਸਾਹਿਬ ਜਾਂਚ ਬੁਲਾਉਂਦੇ ਨੇ ਤਾਂ ਉਹਦੇ ਪਿੱਛੇ ਕੀ ਏਜੰਡਾ ਹੈ ਉਹ ਛੀਨਾ ਸਾਹਿਬ ਜਾਣਦੇ ਨੇ, ਪਰ ਮੈਨੂੰ ਸਾਰਾ ਪਤਾ ਕਿ ਮੈਨੂੰ ਬਦਲਾ ਲਊ ਕਾਰਵਾਈ ਦੇ ਤਹਿਤ ਇੱਥੇ ਬੁਲਾਇਆ ਗਿਆ। ਸੋ ਇੱਕ ਵਾਰੀ ਫਿਰ ਤਸਵੀਰਾਂ ਦਿਖਾ ਦਿਆਂ ਕਿ ਪੁਲਿਸ ADGP ਦਫ਼ਤਰ ਦੇ ਬਿਲਕੁਲ ਸਾਹਮਣੇ ਤੈਨਾਤ ਕੀਤੀ ਗਈ ਹੈ। ਕੁਝ ਮੀਟਰ ਦੀ ਦੂਰੀ 'ਤੇ ਵਿਕਰਮ ਸਿੰਘ ਮਜੀਠੀਆ ਦੀ ਗੁਰਜੋਤ ਜਿਹੜੀ ਪੁੱਛਗਿੱਛ ਹੈ ਉਹ ਚੱਲ ਰਹੀ ਹੈ। ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਪੁਲਿਸ ਦੇ ਵੱਲੋਂ, ਕਿਉਂਕਿ ਅਚਾਨਕ ਆਉਣਾ ਹੋਇਆ ਵਿਕਰਮ ਸਿੰਘ ਮਜੀਠੀਆ ਦਾ। ਸਵੇਰ ਤੱਕ ਇਹੀ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਵਿਕਰਮ ਸਿੰਘ ਮਜੀਠੀਆ ਨਹੀਂ ਆਉਣਗੇ, ਉਹਨਾਂ ਦੇ ਵੱਲੋਂ ਜਵਾਬ ਦੇ ਦਿੱਤਾ ਗਿਆ। ਪਰ ਹੁਣ ਅਚਾਨਕ ਉਹ ਆਪਣੇ ਵਕੀਲਾਂ ਦੇ ਨਾਲ ਆਉਂਦੇ ਨੇ ਤੇ ਜਾਂਚ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕੀਤੀ ਜਾਂਦੀ ਹੈ। ਜੀ ਬਿਲਕੁਲ, ਅਸੀਂ ਤਸਵੀਰਾਂ ਵੇਖ ਰਹੇ ਹਾਂ ਮਨੋਜ, ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਆ ਜਿਹੜੀ ਹੈ ਤੈਨਾਤ ਕੀਤੀ ਗਈ ਹੈ। ਪਰ ਇਹ ਵੀ ਸਵਾਲ ਹੈ ਕਿ ਅੱਜ ਸਵੇਰ ਤੱਕ ਵੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਜਾਣਕਾਰੀ ਨਹੀਂ ਸੀ ਕਿ ਵਿਕਰਮ ਮਜੀਠੀਆ ਪੇਸ਼ ਹੋ ਸਕਦੇ ਨੇ। ਉਹਨਾਂ ਨੇ ਇਹ ਵੀ ਕਿਹਾ ਸੀ ਕਿ 4 ਹਫ਼ਤੇ ਦਾ ਦੇਖੋ ਉਹਨਾਂ ਨੂੰ ਸਮਾਂ ਚਾਹੀਦਾ, ਜਿਹੜਾ ਪਰਫਾਰਮਾ ਸੋਸਾਇਟੀ ਨੇ ਦਿੱਤਾ ਹੈ ਤਾਂ ਉਹ ਭਰ ਕੇ ਦੇਣਾ। ਪਰ 4 ਹਫ਼ਤੇ ਤੋਂ ਜਿਹੜਾ ਹੈ ਉਹ ਜ਼ਰੂਰ ਸਮਾਂ ਮੰਗਿਆ ਗਿਆ, ਪਰ ਉਸ ਤੋਂ ਪਹਿਲਾਂ ਹੀ ਜਦੋਂ ਅੱਜ ਪੇਸ਼ੀ ਲਈ ਬੁਲਾਇਆ ਗਿਆ ਹੈ ਤਾਂ ਉਹ ਜ਼ਰੂਰ ਪੇਸ਼ ਹੋਏ ਨੇ। ਜੀ ਬਿਲਕੁਲ ਗੁਰਜੋਤ, ਉਹਨਾਂ ਨੇ 4 ਹਫ਼ਤਿਆਂ ਦਾ ਸਮਾਂ ਮੰਗਿਆ ਸੀ ਕਿ ਪਹਿਲਾਂ ਜਦੋਂ ਉਹਨਾਂ ਨੂੰ 27 ਤਰੀਕ ਨੂੰ ਬੁਲਾਇਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਕਿਉਂਕਿ ਸ਼ਹੀਦੀ ਸਪਤਾਹ ਚੱਲ ਰਿਹਾ ਅਤੇ ਮੈਂ ਉਸ ਵਿੱਚ ਨਹੀਂ ਸ਼ਾਮਿਲ ਹੋ ਸਕਦਾ ਜਾਂਚ ਦੇ ਵਿੱਚ। ਉਸ ਤੋਂ ਬਾਅਦ 4 ਹਫ਼ਤਿਆਂ ਦਾ, 1 ਮਹੀਨੇ ਦਾ ਸਮਾਂ ਮੰਗਿਆ ਸਵਾਲਾਂ ਦਾ ਜਵਾਬ ਦੇਣ ਦੀ ਤਿਆਰੀ ਕਰਨ ਦੇ ਲਈ। ਪਰ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਨੋਟਿਸ ਜਾਂਦਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਉਸ ਨੋਟਿਸ ਤੋਂ ਬਾਅਦ ਇੱਥੇ ਆਇਆ ਕਿ ਹੁਣ ਤੁਸੀਂ ਜਿਹੜੀ ਕਾਰਵਾਈ ਕਰਨੀ ਹੈ ਉਹ ਕਰ ਲਓ, ਕਿਉਂਕਿ ਤੁਸੀਂ ਮੇਰੀ ਜਿਹੜੀ ਬੇਨਤੀ ਸੀ ਉਹਨੂੰ ਪ੍ਰਵਾਨ ਨਹੀਂ ਕੀਤਾ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਮੈਨੂੰ ਦੁਬਾਰਾ ਬੁਲਾਇਆ, ਸਰਕਾਰ ਦਾ ਕੀ ਏਜੰਡਾ ਹੈ ਮੈਨੂੰ ਇਹਦੇ ਬਾਰੇ ਕਹਿਣ ਦੀ ਲੋੜ ਨਹੀਂ ਹੈਗੀ। ਪਰ ਇਹ ਗੁਰਜੋਤ ਗੱਲ ਸਾਫ਼ ਹੈ ਕਿ ਅੱਜ ਜਿਹੜੀ ਪੁੱਛਗਿੱਛ ਹੋਣੀ ਹੈ ਉਹਦੇ ਬਾਅਦ ਕੀ ਨਤੀਜੇ ਨਿਕਲਦੇ ਨੇ ਉਹ ਕੁਝ ਘੰਟਿਆਂ ਦੀ ਗੱਲ ਹੈ। ਪਰ ਇਹ ਗੱਲ ਸਾਫ਼ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਗੱਲ ਸਾਫ਼ ਕਹੀ ਹੈ ਕਿ ਜੇਕਰ ਮੈਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਮੈਨੂੰ ਉਹਦਾ ਕੋਈ ਡਰ ਨਹੀਂ ਹੈਗਾ, ਤੁਸੀਂ ਬਦਲਾ ਲਓ ਕਾਰਵਾਈ ਕਰਨੀ ਹੈ, ਕਰ ਲਓ। ਤੁਹਾਨੂੰ ਦੂਜੇ ਪਾਸੇ ਮੈਂ ਇੱਕ ਵਾਰੀ ਫਿਰ ਤਸਵੀਰਾਂ ਦਿਖਾ ਦਿਆਂ ਕਿ ਪੁਲਿਸ ਦੇ ਵੱਲੋਂ ਪੂਰਾ ਜਿਹੜਾ ਇਲਾਕਾ ਉਹਨੂੰ ਸੀਲ ਕੀਤਾ ਗਿਆ। ਜੇ ਕੋਈ ਹੋਰ ਕੰਮ ਕਾਰ ਦੇ ਲਈ ਇਸ ਦਫ਼ਤਰ ਦੇ ਵਿੱਚ ਕੋਈ ਪ੍ਰਾਰਥੀ ਆਉਂਦਾ ਉਹਨਾਂ ਨੂੰ ਵੀ ਵਾਪਸ ਭੇਜਿਆ ਜਾ ਰਿਹਾ, ਕਿਉਂਕਿ ਪੁਲਿਸ ਦੀ ਜਿਹੜੀ ਸੁਰੱਖਿਆ ਸੀ, ਜੇ ਅਸੀਂ ਪਿਛਲੀ ਵਾਰੀ ਦੀ ਗੱਲ ਕਰੀਏ ਜਦੋਂ ਪਿਛਲੀ ਵਾਰ ਵਿਕਰਮ ਸਿੰਘ ਮਜੀਠੀ ਇੱਥੇ ਆਏ ਸੀ ਤਾਂ ਸਖ਼ਤ ਸੁਰੱਖਿਆ ਪ੍ਰਬੰਧ ਸੀ, ਸੈਂਕੜੇ ਪੁਲਿਸ ਮੁਲਾਜ਼ਮ, ਪਰ ਉਦੋਂ ਅਕਾਲੀ ਵਰਕਰ ਜ਼ਿਆਦਾ ਆਏ ਸੀ। ਪਰ ਅਚਾਨਕ ਅੱਜ
ਤਾਂ ਬਹੁਤੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਵੀ ਨਹੀਂ ਪਤਾ ਲੱਗਾ ਕਿ ਵਿਕਰਮ ਸਿੰਘ ਮਜੀਠੀਆ ਆਏ ਤੇ ਜਾਂਚ ਦੇ ਵਿੱਚ ਸ਼ਾਮਲ ਹੋ ਗਏ ਜੀ। ਬਿਲਕੁਲ ਇਸੇ ਨਾਲ ਜੁੜਿਆ ਹੋਇਆ ਮੇਰਾ ਅਗਲਾ ਸਵਾਲ ਸੀ ਮਨੋਜ, ਕਿਉਂਕਿ ਪਿਛਲੀ ਵਾਰ ਦੇਖਿਆ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰ ਪਹੁੰਚੇ ਸਨ, ਔਰ ਇਸ ਵਾਰ ਕੀ ਕੋਈ ਜਾਣਕਾਰੀ ਨਹੀਂ ਹੈ ਕਿ ਨੇੜੇ ਕੋਈ ਬੈਰੀਕੇਟਿੰਗ ਜਿਹੜੀ ਹੈ ਕੀਤੀ ਗਈ ਹੋਵੇ ਔਰ ਉੱਥੇ ਅਕਾਲੀ ਵਰਕਰ ਜਿਹੜੇ ਨੇ ਪਹੁੰਚੇ ਹੋਣ? ਜੀ ਨਹੀਂ ਗੁਰਜੋਤ, ਬਿਲਕੁਲ ਕੋਈ ਵੀ ਅਕਾਲੀ ਆਗੂ ਜਾਂ ਕੋਈ ਅਕਾਲੀ ਵਰਕਰ ਕਿਸੇ ਵੀ ਬੈਰੀਕੇਡ ਦੇ ਉੱਪਰ ਫਿਲਹਾਲ ਨਹੀਂ ਪਾਇਆ। ਜਦੋਂ ਇਹ ਗੱਲ ਸਾਹਮਣੇ ਆਈ ਕਿ ਅੱਜ ਵਿਕਰਮ ਸਿੰਘ ਮਜੀਠੀਆ ਸ਼ਾਮਿਲ ਹੋ ਸਕਦੇ ਨੇ ਜਾਂਚ ਦੇ ਵਿੱਚ, ਤਾਂ ਸਾਡੀ ਜਿਹੜੇ ਕਈ ਅਕਾਲੀ ਆਗੂਆਂ ਨਾਲ ਗੱਲ ਹੋਈ ਉਹਨਾਂ ਨੂੰ ਇਹਦੀ ਭਿਣਕ ਨਹੀਂ ਲੱਗੀ ਕਿ ਵਿਕਰਮ ਸਿੰਘ ਮਜੀਠੀਆ ਆ ਰਹੇ ਨੇ। ਚੰਦ ਮਿੰਟ ਪਹਿਲਾਂ ਇੱਕ ਬਿਆਨ ਆਉਂਦਾ ਕਿ ਉਹ ਆਪਣੇ ਵਕੀਲਾਂ ਦੇ ਪੈਨਲ ਨਾਲ ਮੀਟਿੰਗ ਕਰਨ ਤੋਂ ਬਾਅਦ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੁੰਦੇ ਨੇ, ਅਤੇ ਵਿਕਰਮ ਸਿੰਘ ਮਜੀਠੀਆ ਆਪਣੀ ਗੱਡੀ ਦੇ ਵਿੱਚ ਆਉਂਦੇ ਨੇ, ਨਾਲ ਉਹਨਾਂ ਦੇ ਜਿਹੜੀ ਉਹਦੀ ਟੀਮ ਹੈ ਉਹਦੇ ਵਕੀਲ ਸ਼ਾਮਿਲ ਹੁੰਦੇ ਨੇ। ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਅੰਦਰ ਚਲੇ ਜਾਂਦੇ ਨੇ, ਸਿਰਫ ਇੱਕ ਦੋ ਜੀ ਜੀ